ਤੁਹਾਡੇ ਕੋਲ ਇੱਥੇ ਬੜੇ ਵੱਡੇ ਵੱਡੇ ਨੁਮਾਇੰਦੇ ਨੇ, ਉਹਨਾਂ ਦੀ ਡਿਊਟੀਆਂ ਲਾ ਕੇ ਤੇ ਇਸ ਬੰਦੇ ਨੂੰ ਨਕੇਲ ਪਾ ਕੇ ਘਰ ਵਿੱਚੋਂ ਲਿਆਂਦਾ ਜਾਵੇ, ਸਖਤ ਤੋਂ ਸਖਤ ਇਹਨੂੰ ਸਜ਼ਾ ਦਿੱਤੀ ਜਾਵੇ। ਜੇ ਇਹਨੇ ਨਾ ਦਿੱਤੀ ਜਥੇਦਾਰਾਂ ਨੇ ਤੇ ਫਿਰ ਆਹ ਜਿਹੜੇ ਮਜੀਵੜੇ ਸਿੰਘ ਰਾਹ ਦੇਣ ਗੁਰੂ ਦੀ ਸੇਵਾ 'ਚ ਲੱਗੇ ਨੇ ਇਹ ਜ਼ਰੂਰ ਦੇਣਗੇ। ਤੇ ਅੱਜ ਹਰਿਮੰਦਰ ਸਾਹਿਬ ਦੀਆਂ ਬਕਰਮਾਂ ਦੇ ਅੰਦਰ ਜਾ ਕੇ ਟੀ ਸ਼ਰਟ ਪਾ ਕੇ ਉਹਦੀਆਂ ਫੋਟੋਆਂ ਵਾਇਰਲ ਕਰ ਰਿਹਾ ਹੈ। ਇਸ ਬੰਦੇ ਨੂੰ ਅਸੀਂ ਸੋਧਾ ਜ਼ਰੂਰ ਲਾਵਾਂਗੇ। ਅੰਮ੍ਰਿਤਸਰ ਦੇ ਵਿੱਚ ਕਾਂਗਰਸੀ ਵਰਕਰ 1984 ਸਿੱਖ ਕਤਲੇਆਮ ਦੇ ਦੋਸ਼ੀ ਟਾਈਟਲਰ ਦੀ ਫੋਟੋ ਲੱਗੀ ਟੀ ਸ਼ਰਟ ਪਾ ਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਇੱਕ ਵਿਅਕਤੀ ਬੀਤੇ ਦਿਨ ਪਹੁੰਚਿਆ ਸੀ ਤੇ ਉਹਨੇ ਸ੍ਰੀ ਦਰਬਾਰ ਸਾਹਿਬ ਦੀ ਪਰਿਕਰਮਾ ਤੇ ਫੋਟੋਆਂ ਨੂੰ ਟਾਈਟਲਰ ਦੀ ਹਾਈਲਾਈਟ ਕੀਤਾ। ਤੋਂ ਬਾਅਦ ਮੁੱਦਾ ਇੰਨਾ ਜ਼ਿਆਦਾ ਭਖ ਗਿਆ ਕਿ ਕਈ ਜਗ੍ਹਾਵਾਂ ਤੋਂ ਉਸ ਨੂੰ ਸੌਦਾ ਲਾਉਣ ਤੱਕ ਦੀ ਅਪੀਲ ਕੀਤੀ ਜਾ ਰਹੀ ਹੈ। ਹਾਂਜੀ ਭਾਈ ਸਾਹਿਬ ਜੀ ਕੀ ਕਹਿਣਾ ਜੀ? ਸਤਿ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਪੰਜਾਬ ਓਪਨੀ ਬਾਗ ਵਿਖੇ ਇਕੱਤਰਤਾ ਕੀਤੀ ਗਈ ਹੈ, ਕਿਉਂਕਿ ਇੱਕ ਅੱਜ ਸੋਸ਼ਲ ਮੀਡੀਆ ਤੇ ਵੀਡੀਓ ਤੇ ਫੋਟੋਆਂ ਵਾਇਰਲ ਹੋ ਰਹੀਆਂ ਨੇ ਕਰਮ ਗਿੱਲ ਜਿਹੜਾ ਸਿੱਖਾਂ ਦੇ ਕਾਤਲ ਦਾ ਬੜਾ ਵੱਡਾ ਪਾਪੀ ਬੰਦਾ ਹੈ, ਜਿਹਨੇ ਹਰਿਮੰਦਰ ਸਾਹਿਬ ਦੀਆਂ ਬਕਰਮਾਂ ਦੇ ਅੰਦਰ ਜਾ ਕੇ ਸਿੱਖਾਂ ਦੇ ਕਾਤਲ ਦੀ ਫੋਟੋ ਟੀ ਸ਼ਰਟ ਵਾਲੀ ਪਾ ਕੇ ਅੰਦਰ ਘੁੰਮਦਾ ਰਿਹਾ ਹੈ। ਉਹਦੇ ਉੱਪਰ ਪੁਲਿਸ ਵੱਲੋਂ ਅਸੀਂ ਕਾਰਵਾਈ ਦੀ ਮੰਗ ਵੀ ਕਰਦੇ ਹਾਂ ਅਤੇ ਨਾਲ ਹੀ ਸ੍ਰੀ ਅਕਾਲ ਤਖ਼ਤ ਸਾਹਿਬ ਜਥੇਦਾਰ ਵੱਲੋਂ ਕਿ ਇਸ ਬੰਦੇ ਨੂੰ ਭਾਵੇਂ ਸਾਡੀਆਂ ਡਿਊਟੀਆਂ ਲਾ ਦਿਓ, ਨਹੀਂ ਤਾਂ ਜਿਹੜੇ ਤੁਹਾਡੇ ਕੋਲ ਇੱਥੇ ਬੜੇ ਵੱਡੇ ਵੱਡੇ ਨੁਮਾਇੰਦੇ ਨੇ ਉਹਨਾਂ ਦੀ ਡਿਊਟੀਆਂ ਲਾ ਕੇ ਤੇ ਇਸ ਬੰਦੇ ਨੂੰ ਨਕੇਲ ਪਾ ਕੇ ਘਰ ਵਿੱਚੋਂ ਲਿਆਂਦਾ ਜਾਵੇ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਇੱਥੇ ਸਖਤ ਤੋਂ ਸਖਤ ਇਹਨੂੰ ਸਜ਼ਾ ਦਿੱਤੀ ਜਾਵੇ। ਜੇ ਇਹਨੇ ਨਾ ਦਿੱਤੀ ਜਥੇਦਾਰਾਂ ਨੇ ਤੇ ਫਿਰ ਆਹ ਜਿਹੜੇ ਮਜੀਵੜੇ ਸਿੰਘ ਰਾਹ ਦੇਣ ਗੁਰੂ ਦੀ ਸੇਵਾ 'ਚ ਲੱਗੇ ਨੇ ਇਹ ਜ਼ਰੂਰ ਦੇਣਗੇ ਇਸ ਬੰਦੇ ਨੂੰ, ਕਿਉਂਕਿ ਇਹਨੇ ਪਹਿਲਾਂ ਵੀ ਬੜੀ ਤਕੜੀ ਹਰਕਤ ਕੀਤੀ ਸੀ। ਕਦੀ ਇਹ ਜਨਮ ਦਿਨ ਮਨਾਉਂਦਾ ਅੰਮ੍ਰਿਤਸਰ ਦੀ ਧਰਤੀ ਦੇ, ਕਦੀ ਇਹ ਮਜੀਠਾ ਰੋਡ ਦੇ ਉੱਤੇ ਪੋਸਟਰ ਲਾਉਂਦਾ ਉਹਦੇ, ਤੇ ਅੱਜ ਹਰਿਮੰਦਰ ਸਾਹਿਬ ਦੀਆਂ ਬਕਰਮਾਂ ਦੇ ਅੰਦਰ ਜਾ ਕੇ ਟੀ ਸ਼ਰਟ ਪਾ ਕੇ ਉਹਦੀਆਂ ਫੋਟੋਆਂ ਵਾਇਰਲ ਕਰ ਰਿਹਾ, ਅਸੀਂ ਕਦੀ ਬਰਦਾਸ਼ਤ ਨਹੀਂ ਕਰਾਂਗੇ। ਪ੍ਰਸ਼ਾਸਨ ਕੋਲੋਂ ਮੰਗ ਕਰਦੇ ਕਿ ਜਲਦ ਇਸ ਬੰਦੇ ਦੇ ਉੱਤੇ ਕਾਰਵਾਈ ਕੀਤੀ ਜਾਵੇ, ਸਰਕਾਰ ਕੋਲੋਂ ਮੰਗ ਕਰਦੇ ਹਾਂ ਇਸ ਬੰਦੇ ਦੀ ਬਿਲਕੁਲ ਸਕਿਉਰਿਟੀ ਵਾਪਸ ਲਈ ਜਾਵੇ। ਕਦੀ ਵੀ ਇਹੋ ਜਿਹੀ ਹਰਕਤ ਨਹੀਂ ਕਰੇਗਾ ਜਿਹੜਾ ਪੰਜਾਬ ਨੂੰ ਲਾਂਬੂ ਲਾ ਰਿਹਾ ਹੈ, ਮਾਹੌਲ ਸ਼ਾਂਤ ਨੂੰ ਭੜਕਾ ਰਿਹਾ ਹੈ। ਅਸੀਂ ਸ਼ਾਂਤ ਰਹਿਣਾ ਚਾਹੁੰਦੇ ਹਾਂ, ਹੈ ਸ਼ਾਂਤੀ ਵਾਲੇ ਹਾਂ, ਪਰ ਜੇ ਇਹ ਲੋਕ ਸਾਨੂੰ ਸ਼ਾਂਤ ਨਹੀਂ ਰੱਖਣਗੇ ਅਸੀਂ ਨਹੀਂ ਰਵਾਂਗੇ। ਜੇ ਸਾਨੂੰ ਭੜ ਕੇ ਦੋ ਕਦਮ ਕੋਈ ਐਸਾ ਕਦਮ ਚੁੱਕਣਾ ਵੀ ਪੈ ਗਿਆ ਜ਼ਰੂਰ ਚੁੱਕਾਂਗੇ। ਇਸ ਬੰਦੇ ਨੂੰ ਅਸੀਂ ਸੋਧਾ ਜ਼ਰੂਰ ਲਾਵਾਂਗੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ। ਇਸ ਦੇ ਨਾਲ ਹੀ SGPC ਨੇ ਵੀ ਇਸ ਮਾਮਲੇ ਦੀ ਕੜੇ ਸ਼ਬਦਾਂ ਦੇ ਵਿੱਚ ਨਿੰਦਾ ਕੀਤੀ ਤੇ ਕਿਹਾ ਕਿ ਇਸ ਸ਼ਖਸ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕੀਤਾ ਜਾਵੇ ਤੇ ਕਰਮਜੀਤ ਗਿੱਲ ਤੇ ਮਾਮਲਾ ਦਰਜ ਹੋ ਚੁੱਕਾ ਹੈ। SGPC ਦੀ ਸ਼ਿਕਾਇਤ ਤੇ ਉਸ ਦੇ ਖਿਲਾਫ 153A ਦੇ ਤਹਿਤ ਮਾਮਲਾ ਦਰਜ ਕਰ ਲਿੱਤਾ ਗਿਆ। ਇਸ ਮਾਮਲੇ ਦੀ ਨਿੰਦਾ ਕਰਦੇ ਉਹਨਾਂ ਇਹ ਵੀ ਕਿਹਾ ਕਿ ਟਾਈਟਲਰ 1984 ਕਤਲੇਆਮ ਦਾ ਮੁੱਖ ਦੋਸ਼ੀ ਹੈ। ਅਜਿਹੇ ਵਿਅਕਤੀ ਦੀ ਤਸਵੀਰ ਵਾਲੀ ਟੀ ਸ਼ਰਟ ਪਾਉਣਾ ਤੇ ਸੱਚਖੰਡ ਸ੍ਰੀ ਦਰਬਾਰ ਸਾਹਿਬ 'ਚ ਆਉਣਾ ਇੱਕ ਅਜਿਹੀ ਘਟਨਾ ਜੋ ਸਿੱਖਾਂ ਨੂੰ ਬਹੁਤ ਜ਼ਿਆਦਾ ਪਰੇਸ਼ਾਨ ਕਰ ਰਹੀ ਹੈ। ਸੂਤਰਾਂ ਮੁਤਾਬਕ ਇਹ ਵੀ ਕਿਹਾ ਜਾ ਰਿਹਾ ਕਿ ਜਿਸ ਤਰ੍ਹਾਂ ਨਾਲ ਉਹ ਟੀ ਸ਼ਰਟ ਪਾ ਕੇ ਗੁਰਦੁਆਰਾ ਸਾਹਿਬ ਦੇ ਵਿੱਚ ਐਂਟਰ ਹੋਇਆ, ਕੀ ਪਤਾ ਉਹਦੀਆਂ ਅਜਿਹੀਆਂ ਇੰਟੈਂਸ਼ਨਸ ਸੀ ਜਾਂ ਫਿਰ ਨਹੀਂ। ਪਰ ਇਸ ਦਾ ਖੁਲਾਸਾ ਉਦੋਂ ਹੋਇਆ ਜਦੋਂ ਸੇਵਾਦਾਰਾਂ ਨੇ ਉਸ 'ਤੇ ਧਿਆਨ ਮਾਰਿਆ ਅਤੇ ਉਸਨੇ ਆਪਣੀ ਟੀ ਸ਼ਰਟ ਨੂੰ ਲੁਕੋ ਲਿਆ ਅਤੇ ਆਪਣੀ ਜਿਹੜੀਆਂ ਕਰਤੂਤਾਂ ਹੈ ਉਸਨੂੰ ਉਹੀ ਬੰਦਾ ਲੁਕਾਉਂਦਾ ਜਦੋਂ ਉਸਨੂੰ ਪਤਾ ਹੋਵੇ ਕਿ ਉਹ ਕੁਝ ਗਲਤ ਕਰਨ ਦੇ ਮਨਸੂਬੇ ਦੇ ਨਾਲ ਆਇਆ। ਅੰਮ੍ਰਿਤਸਰ ਤੋਂ ਬਬਲੂ ਮਹਾਜਨ ਦੇ ਨਾਲ ਚੜ੍ਹਦੀ ਕਲਾ ਟਾਈਮ TV ਬਿਊਰੋ ਰਿਪੋਰਟ।